ਸਤ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਿਤ ਪ੍ਰਸਾਰ ਅਮਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਚਰਚਾ ਕਰਾਂਗੇ ਕਿ ਜੋ 1 ਨਵੰਬਰ ਨੂੰ ਜੋ ਐਸਵਾਈਐਲ ਕਨਾਲ ਦੇ ਮੁੱਦੇ ਤੇ ਯਾਨੀ ਪੰਜਾਬ ਦੇ ਪਾਣੀਆਂ ਦੀ ਵੰਡ ਤੇ ਮੁੱਦੇ ਤੇ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਬਹਿਸ ਹੋਣੀ ਹੈ ਉਸ ਬਹਿਸ ਵਿੱਚੋਂ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਹਾਜਰੀ ਹੈ ਇੱਥੇ ਮੈਂ ਇਹ ਦੱਸਣਾ ਚਾਹਨਾ ਕਿ ਜੇਕਰ ਕੋਈ ਨੇਤਾ ਆਪਣੀ ਪਾਰਟੀ ਬਦਲੇ ਜਾਨੀ ਦਲ ਬਦਲੂ ਤੇ ਦੂਜੀ ਪਾਰਟੀ ਵਿੱਚ ਚਲਾ ਜਾਏ ਤੇ ਉਸ ਵੱਲੋਂ ਪਹਿਲੀ ਪਾਰਟੀ ਵਿੱਚ ਜੋ ਪੰਜਾਬ ਨਾਲ ਧਰੋਹ ਕੁਮਾਏ ਹੋਏ ਹਨ ਉਸ ਦੀ ਉਹਨੂੰ ਮਾਫੀ ਨਹੀਂ ਮਿਲ ਸਕਦੀ ਹੁੰਦੀ ਉਸ ਤੋਂ ਆਪਣਾ ਪੱਲਾ ਨਹੀਂ ਝਾੜ ਸਕਦਾ ਅਜੇ ਆ ਹੀ ਕਰ ਰਹੇ ਹਨ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਉਹ ਬੜੇ ਲੰਬੇ ਸਮੇਂ ਤੱਕ ਕਾਂਗਰਸ ਵਿੱਚ ਰਹੇ ਅਤੇ ਕਾਂਗਰਸ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਕਦੀ ਵੀ ਐਸਵਾਈਐਲ ਦੇ ਹੱਕ ਵਿੱਚ ਗੱਲ ਨਹੀਂ ਕੀਤੀ ਉਸ ਦੇ ਬਣਾਉਣ ਦਾ ਹਮੇਸ਼ਾ ਸਮਰਥਨ ਹੀ ਕੀਤਾ ਉਹ ਪੰਜਾਬ ਵਿੱਚ ਮਨਿਸਟਰ ਵੀ ਰਹੇ ਹਨ ਲੀਡਰ ਆਫ اپੋਜੀਸ਼ਨ ਵੀ ਰਹੇ ਹਨ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਅਤੇ ਉਹਨਾਂ ਦੇ ਪਿਤਾ ਜੀ ਬਲਰਾਮ ਜਾਖੜ ਜਦੋਂ ਐਸਵਾਈਐਲ ਦੀ ਪਾਣੀਆਂ ਦੀ ਕਾਣੀ ਵੰਡ ਦੇਸ਼ ਦੀ ਤਤ ਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਤਾਂ ਉਸ ਸਮੇਂ ਉਹ ਪਾਰਲੀਮੈਂਟ ਦੇ ਸਪੀਕਰ ਸਨ ਔਰ ਉਹਨਾਂ ਨੇ ਕੋਈ ਵੀ ਅਜੇਹੀ ਸਟੇਟਮੈਂਟ ਜਾਂ ਗੱਲ ਨਹੀਂ ਕੀਤੀ ਕਿ ਪੰਜਾਬ ਦਾ ਪਾਣੀ ਜਿਹੜਾ ਉਹ ਦੂਜੀਆਂ ਪ੍ਰਾਂਤਾਂ ਨੂੰ ਕਿਉਂ ਦਿੱਤਾ ਜਾ ਰਿਹਾ ਹੈ ਇਹ ਨਹੀਂ ਦਿੱਤਾ ਜਾਣਾ ਇਸੇ ਪ੍ਰਕਾਰ ਜੇਕਰ ਹੁਣ ਸੁਨੀਲ ਜਾਖੜ ਬੀਜੇਪੀ ਵਿੱਚ ਚਲੇ ਗਿਆ ਪਰ ਜੋ ਧੋ ਇਹਸ ਪਰਿਵਾਰ ਨੇ ਪਾਣੀਆਂ ਦੀ ਵੰਡ ਤੇ ਨਹਿਰੀ ਪਾਣੀਆਂ ਦੀ ਵੰਡ ਤੇ ਪੰਜਾਬ ਨਾਲ ਕੁਮਾਇਆ ਉਹ ਬੈਗੇਜ ਉਹ ਟੋਕਰਾ ਉਹਨਾਂ ਦੇ ਸਿਰ ਤੇ ਉਹਨਾਂ ਦੇ ਨਾਲ ਹੀ ਚਲਾ ਗਿਆ ਇੱਕ ਗੱਲ ਬੜੀ ਹਾਸੋਈਣੀ ਹੈ ਕਿ ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪ ਉਦਰੀ ਸਲਾਹ ਵੀ ਦੇ ਰਿਹਾ ਕਿ ਤਿੰਨ ਮੈਂਬਰੀ ਪੈਨਲ ਬਣਾਇਆ ਜਾਏ ਜਿਸ ਵਿੱਚ ਉਹਨਾਂ ਨੇ ਆਪ ਵਿੱਚੋਂ ਛੱਡ ਕੇ ਗਏ ਜਾਂ ਆਪ ਵਿੱਚੋਂ ਕੱਢੇ ਗਏ ਤਿੰਨ ਸਿਆਸੀ ਨੇਤਾਵਾਂ ਦੇ ਨਾਂ ਦਿੱਤੇ ਹਨ ਇੱਕ ਤੇ ਉਹਨਾਂ ਵਿੱਚੋਂ ਕਰਪਟ ਸਿਆਸਤਦਾਨ ਆਮ ਆਦਮੀ ਵਿੱਚ ਪਾਰਟੀ ਵਿੱਚ ਉਸਨੇ ਜਿੱਤ ਵੀ ਪ੍ਰਾਪਤ ਕੀਤੀ ਔਰ ਮੈਂ ਇਥੇ ਦੱਸਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿੱਚ ਜੋ ਲੋਕ ਆਧਾਰ ਹੈ ਉਹ ਬਿਲਕੁਲ ਜ਼ੀਰੋ ਦੇ ਸਮਾਨ ਹੈ ਉਹ ਇਕੱਲੇ ਇਲੈਕਸ਼ਨਾਂ ਨਹੀਂ ਜਿੱਤ ਸਕਦੇ ਔਰ ਜੋ ਇਲੈਕਸ਼ਨ ਅਸੈਂਬਲੀ ਦੀ 2021 ਵਿੱਚ ਹੋਈ ਉਹਦੇ ਵਿੱਚ ਉਹਨਾਂ ਦੇ ਸਿਰਫ 2 ਐਮਐਲਏ ਆਏ ਹਨ ਉਸ ਸਮੇਂ ਉਹਨਾਂ ਦੀ ਗੱਠ ਜੋੜ ਅਕਾਲੀ ਦਲ ਯਾਨੀ ਸ਼੍ਰੋਮਣੀ ਅਕਾਲੀ ਦਲ ਬਾਦਲ ਲਾਲ ਸੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤਿੰਨ ਆਏ ਹੁਣ ਜਿਸ ਪਾਰਟੀ ਦਾ ਪੰਜਾਬ ਵਿੱਚ ਕੋਈ ਲੋਕ ਆਧਾਰ ਹੀ ਨਹੀਂ ਲੋਕਾਂ ਵੱਲੋਂ ਰਿਜੈਕਟਡ ਪਾਰਟੀ ਹੈ ਉਸ ਰਿਜੈਕਟਡ ਪਾਰਟੀ ਦਾ ਨੇਤਾ ਪੰਜਾਬ ਸਰਕਾਰ ਉੱਪਰ ਆਪਣੇ ਵਿਚਾਰ ਠੋਸਣ ਦੀ ਕੋਸ਼ਿਸ਼ ਕਰ ਰਿਹਾ ਭਗਵੰਤ ਮਾਨ ਜੀ ਨੂੰ ਜੋ ਮੁੱਖ ਮੰਤਰੀ ਪੰਜਾਬ ਹਨ ਉਹਨਾਂ ਨੂੰ ਉਸ ਵੱਲੋਂ ਦਿੱਤੇ ਗਏ ਪੈਨਲ ਨੂੰ ਰਿਜੈਕਟ ਕਰ ਦੇਣਾ ਚਾਹੀਦਾ ਜੋ ਉਹ ਪੈਨਲ ਆਪਣੇ ਆਪ ਆਣਾ ਚਾਹੁੰਦਾ ਹੈ ਉਥੇ ਬੈਠ ਕੇ ਬਹਿਸ ਵਿੱਚ ਹਿੱਸਾ ਲੈਣਾ ਚਾਹੀਦਾ ਤੇ ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹੀਦਾ ਪਰ ਸੁਨੀਲ ਜਾਖੜ ਵੱਲੋਂ ਦਿੱਤੇ ਸੁਝਾਅ ਨੂੰ ਜੜੋਂ ਹੀ ਖਾਰਜ ਕਰ ਦੇਣਾ ਚਾਹੀਦਾ ਸੁਨੀਲ ਜਾਖੜ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਪੰਜਾਬ ਦਾ ਕਿੰਨਾ ਵੱਡਾ ਨੇਤਾ ਸੁਨੀਲ ਜਾਖੜ ਨੂੰ ਸਮਝਣਾ ਚਾਹੀਦਾ ਕਿ ਉਹ ਤਾਂ ਆਪਣੀ ਪਾਰਟੀ ਵਿੱਚ ਆਏ ਦਲ ਬਦਲੂ ਕਾਂਗਰਸੀਆਂ ਨੂੰ ਵੀ ਪਾਰਟੀ ਵਿੱਚ ਨਹੀਂ ਰੱਖ ਸਕਿਆ ਉਸ ਨੂੰ ਤੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਚਾਰ ਕਾਂਗਰਸੀ ਮਨਿਸਟਰ ਉਸ ਦੀ ਪਾਰਟੀ ਨੂੰ ਛੱਡ ਕੇ ਜਾ ਕੇ ਦਿੱਲੀ ਕਾਂਗਰਸ ਹਾਈ ਕਮਾਂਡ ਕੋਲ ਉਹਨਾਂ ਨੇ ਆਪਣੀ ਅਪੀਲ ਕੀਤੀ ਕਿ ਉਹ ਘਰ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਕਾਂਗਰਸ ਦੇ ਹੈੱਡਕੁਆਰਟਰ ਦਿੱਲੀ ਵਿੱਚ ਪਾਰਟੀ ਵਿੱਚ ਵਾਪਸ ਲੈ ਲਿਆ ਗਿਆ। ਉਹਨਾਂ ਨੇ ਆਪਣੀ ਗਲਤੀ ਰਿਅਲਾਈਜ਼ ਕੀਤੀ ਕਿ ਉਹ ਜੋ ਦਲ ਬਦਲਿਆ ਸੀ ਉਹਨਾਂ ਨੇ ਉਹ ਉਹਨਾਂ ਨੂੰ ਨਹੀਂ ਬਦਲਣਾ ਚਾਹੀਦਾ ਸੀ ਕਿਉਂਕਿ ਭਾਜਪਾ ਦੀ ਪਾਰਟੀ ਦੇ ਅੰਦਰ ਜੋ ਲੋਕ ਵਿਰੋਧੀ ਤਾਕਤਾਂ ਕੰਮ ਕਰਦੀਆਂ ਹਨ ਉਹਨਾਂ ਨਾਲ ਕਾਂਗਰਸੀਆਂ ਨੇ ਸਹਿਮਤੀ ਨਹੀਂ ਪ੍ਰਗਟਾਈ। ਉਹਨਾਂ ਨੂੰ ਐ ਲੱਗਿਆ ਕਿ ਉਹ ਗਲਤ ਛਤਰੀ ਤੇ ਆ ਕੇ ਬਹਿ ਗਏ ਦਲ ਬਦਲੂਆਂ ਨੇ ਚਿੱਟੇ ਕਪੜੇ ਪਾ ਕੇ ਚਿੱਟੇ ਕਬੂਤਰ ਕਾਂਗਰਸ ਤੋਂ ਬੀਜੇਪੀ ਚਲੇ ਗਏ ਤੇ ਕੋਈ ਤਕਰੀਬਨ ਡੇਢ ਸਾਲ ਬਾਅਦ ਉਹਨਾਂ ਨੂੰ ਸਮਝ ਆਈ ਕਿ ਉਹ ਗਲਤ ਥਾਂ ਤੇ ਆ ਗਏ ਹਨ ਤੇ ਉਹ ਘਰ ਵਾਪਸੀ ਕਰਨ ਹੁਣ ਪਤਾ ਨਹੀਂ ਜਾਖੜ ਕੀ ਸੋਚਦੇ ਹੋਣਗੇ ਕਿਉਂਕਿ ਉਹਨਾਂ ਨੇ ਪਾਰਟੀ ਦਾ ਆਧਾਰ ਤੇ ਕੀ ਬਦਾਨਾ ਸੀ ਜਿਹੜੇ ਲੋਕਾਂ ਰਹੀਂ ਉਹ ਪੰਜਾਬ ਦੀ ਵਿੱਚ ਆਪਣੀ ਪਾਰਟੀ ਦਾ ਯਾਨੀ ਬੀਜੇਪੀ ਦਾ ਹਜ਼ਾਰ ਬਦਾਨਾ ਚਾਹੁੰਦੇ ਸੀ ਅਤੇ ਲੋਕਾਂ ਵਿੱਚ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾਣਾ ਚਾਹੁੰਦੇ ਸੀ ਉਹ ਹੀ ਉਹਨੂੰ ਆਪਣੀ ਪਿੱਠ ਦਿਖਾ ਕੇ ਵਾਪਸ ਕਾਂਗਰਸ 'ਚ ਚਲੇ ਗਏ ਤੇ ਉਸ ਨਵੇਂ ਸਿਰਿਓਂ ਦਾਲ ਬਦਲਣ ਨੂੰ ਉਹਨਾਂ ਨੇ ਇੱਕ ਬੜਾ ਖੂਬਸੂਰਤ ਨਾਮ ਦਿੱਤਾ ਕਿ ਘਰ ਵਾਪਸੀ ਹੋ ਗਈ ਇਹ ਜਿੰਨੇ ਵੀ ਸਿਆਸਤਦਾਨ ਹੁੰਦੇ ਨੇ ਮੌਕਾ ਪ੍ਰਸਤ ਹੁੰਦੇ ਨੇ ਇਹਨਾਂ ਦੇ ਮੌਕਾ ਪ੍ਰਸਤੀ ਲਈ ਪਾਰਟੀ ਛੱਡੀ ਸੀ ਅਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਬੀਜੇਪੀ ਚ ਦਾਲ ਨਹੀਂ ਗੱਲ ਰਹੀ ਤੇ ਹੋ ਸਕਦਾ ਇਹਨਾਂ ਨੂੰ ਟਿਕਟਾਂ ਵੀ ਨਾ ਮਿਲਣ ਤਾਂ ਉਹਨਾਂ ਨੇ ਮੋੜ ਕਾਂਗਰਸ ਜੁਆਇਨ ਕਰ ਲਈ ਔਰ ਜਾਖੜ ਜੀ ਨੂੰ ਇਹ ਵੀ ਨਹੀਂ ਪਤਾ ਕਿ ਬਾਕੀ ਦੇ ਜੋ 3-4 ਕਾਂਗਰਸੀ ਰਹਿ ਗਏ ਹਨ ਕੀ ਉਹ ਵੀ ਵਾਪਸ ਕਾਂਗਰਸ से चले ਜਾਣਗੇ ਕਿਉਂਕਿ 2024 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਮਈ ਵਿੱਚ ਹਨ 2024 ਵਿੱਚ ਔਰ ਇਹ ਜੋ ਘਰ ਵਾਪਸੀ ਕਰਕੇ ਕਾਂਗਰਸੀ ਆਏ ਹਨ ਇਹ ਬੜੇ ਚਤੁਰ ਤੇ ਚਲਾਕ ਨਿਕਲੇ ਹਨ ਕਿਉਂਕਿ ਇਹਨਾਂ ਨੇ ਦੇਖਿਆ ਕਿ ਜਿਸ ਪਾਰਟੀ ਦਾ ਫਿਊਚਰ ਧੁੰਦਲਾ 2024 ਦੀ ਲਕਸ਼ਾਂ ਜਾਨੀ ਬੀਜੇਪੀ ਦਾ ਉਸ ਵਿੱਚ ਰਹਿਣ ਦਾ ਕੀ ਪੋਲੀਟਿਕਲੀ ਫਾਇਦਾ ਤੋਂ ਸਿਆਸਤ ਵਿੱਚ ਉਹਨਾਂ ਨੇ ਸੋਚਿਆ ਵੀ ਇਹ ਤਾਂ ਨੁਕਸਾਨ ਹੀ ਨੁਕਸਾਨ ਹੈ ਸੋ ਇਸ ਲਈ ਉਹਨਾਂ ਨੇ ਜੋ ਇੰਡੀਆ ਅਲਾਈਅንስ ਰਾਈ ਕਾਂਗਰਸ ਦੀ ਚੜ੍ਹਤ ਬਣੀ ਹੈ ਪੰਜਾਬ ਵਿੱਚ ਦੇਸ਼ ਵਿੱਚ ਅਤੇ ਇਹ ਜਿਹੜੀਆਂ ਚਾਰ ਸਟੇਟਾਂ ਵਿੱਚ ਚੋਣਾ ਹੋਣ ਵਾਲੀਆਂ ਉਹਨਾਂ ਵਿੱਚ ਉਹਨਾਂ ਨੂੰ ਜੋ ਬੀਜੇਪੀ ਹਾਰਦੀ ਨਜ਼ਰ ਆਈ ਤਾਂ ਉਹਨਾਂ ਨੇ ਸੋਚਿਆ ਜਿੱਥੇ ਬੀਜੇਪੀ ਦੇ ਆਪਣਾ ਹੀ ਫਿਊਚਰ ਹੈ ਨਹੀਂ ਪਾਰਟੀ ਦਾ ਦੇਸ਼ ਵਿੱਚ ਉਥੇ ਉਹਨਾਂ ਦਾ ਵੀ ਬੇੜਾ ਗਰਕ ਹੋਏਗਾ ਇਸ ਕਰਕੇ ਉਹਨਾਂ ਨੇ ਇੱਕ ਹੋਰ ਤਰਪੂਸੀ ਮਾਰੀ ਤੇ ਵਾਪਸ ਕਾਂਗਰਸ ਵਿੱਚ ਆ ਗਏ ਹੁਣ ਕਾਂਗਰਸ ਵਿੱਚ ਕਾਂਗਰਸੀਆਂ ਵੱਲੋਂ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਪੰਜਾਬ ਦੇ ਕਾਂਗਰਸੀ ਖੁਸ਼ ਨਹੀਂ ਹਨ ਕਿ ਇਹ ਲੀਡਰ ਮੋੜ ਆ ਗਏ ਹਨ ਕਿਉਂਕਿ ਇਹਨਾਂ ਨੇ ਜਿਹੜੀਆਂ ਐਮਐਲਏ ਦੀਆਂ ਜਿਹੜੀਆਂ ਟਿਕਟਾਂ ਵੰਡੀਆਂ ਜਾਣੀਆਂ ਇਹ ਜਿਹੜੀਆਂ ਛੱਡ ਕੇ ਗਏ ਸੀ ਕੌਨਸੀ ਕੰਸਟੀਚੁਐਂਸੀਜ਼ ਖਾਲੀ ਪਈਆਂ ਸੀ ਉੱਥੇ ਨਵੇਂ ਕਾਂਗਰਸੀ ਲੀਡਰਾਂ ਨੇ ਟਿਕਟਾਂ ਦੀ ਉਮੀਦ ਲਗਾਈ ਹੋਈ ਸੀ ਤੇ ਇਸ ਕਰਕੇ ਉਹ ਸਾਰਿਆਂ ਨੂੰ ਨਿਰਾਸ਼ਾ ਹੋਈ ਕਿ ਬਈ ਦਲ ਬਦਲੂ ਵਾਪਸ ਕਿਉਂ ਲੈ ਲੈ ਗਏ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਹਲੇ ਤੱਕ ਜੀ ਆਇਆਂ ਨਹੀਂ ਕਿਹਾ ਵੈਲਕਮ ਨਹੀਂ ਕੀਤਾ ਹੀ ਉਹਨਾਂ ਨੂੰ ਵੀ ਐ ਲੱਗਿਆ ਵੀ ਇਹ ਜਿਹੜੇ ਚਲੇ ਗਏ ਸੀ ਇਹ ਮੁੜ ਵਾਪਸ ਕਿਉਂ ਲੈ ਪਰ ਬਾਜਵਾ ਦਾ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਹਾਈ ਕਮਾਂਡ ਹੈ ਉਹਦੇ ਵਿੱਚ ਕੋਈ ਬਹੁਤਾ ਜ਼ੋਰ ਨਹੀਂ ਬਹੁਤੀ ਪਹੁੰਚ ਨਹੀਂ ਕਿ ਉਹ ਇਹਨਾਂ ਦੀ ਵਾਪਸੀ ਨੂੰ ਰੁਕਵਾ ਸਕਦਾ ਇਸੇ ਪ੍ਰਕਾਰ ਤੁਸੀਂ ਦੇਖ ਰਹੇ ਹੋ ਕਿ ਸੁਨੀਲ ਜਾਖੜ ਨੂੰ ਵੀ ਸਮਝ ਆ ਗਈ ਹੈ ਕਿ ਪੰਜਾਬ ਦੀ ਕਾਂਗਰਸ ਨੂੰ ਖੁੱਡੇ ਲਾਣਾ ਅਤੇ ਇੱਥੇ ਭਾਜਪਾ ਦੀਆਂ ਜੜ੍ਹਾਂ ਲਾਣੀਆਂ ਉਹਨਾਂ ਨੂੰ ਹੋੜ ਡੂੰਗਾ ਕਰਨਾ ਉਹਦੇ ਲਈ অতি ਮੁਸ਼ਕਲ ਵਾਲਾ ਕੰਮ ਹੈ ਅਤੇ ਉਹਨੂੰ ਇਹ ਦਿੰਦਾ ਕਿ ਉਹ ਨਹੀਂ ਕਰ ਸਕਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਸ ਨੂੰ ਪੰਜਾਬ ਕਾਂਗਰਸ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਜਿਨ੍ਹਾਂ ਨੇ ਕਈ ਵਰਿਆਂ ਤੋਂ ਮਿਹਨਤ ਕਰਕੇ ਇਹ ਪੰਜਾਬ ਵਿੱਚ ਬੀਜੇਪੀ ਦੀਆਂ ਜੜ੍ਹਾਂ ਲਾਈਆਂ ਸੀ ਮਾੜੀਆਂ ਮੋਟੀਆਂ ਉਹਨਾਂ ਦੇ ਸਿਰ ਉੱਪਰ ਇੱਕ ਕਾਂਗਰਸੀ ਨੂੰ ਲਿਆ ਕੇ ਬਿਠਾ ਦਿੱਤਾ ਖਾਨਦਾਨੀ ਕਾਂਗਰਸੀ ਨੂੰ ਸੋ ਬੀਜੇਪੀ ਚ ਵੀ ਜਾਖੜ ਦੀ ਜਿਹੜੀ ਅੰਦਰੂਨੀ ਵਿਰੋਧਤਾ ਹੋ ਰਹੀ ਹੈ ਇਸ ਦਾ ਵੀ ਉਹਨਾਂ ਨੂੰ ਬਹੁਤ ਸਮਝ ਆ। ਸੋ ਜਿੱਥੇ ਜਾਖੜ ਦੇ ਅੰਦਰ ਨਿਰਾਸ਼ਾ ਔਰ ਜਿੱਥੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਚੀਫ ਮੰਤਰੀ ਜੋ ਮਿਨਿਸਟਰ ਸੀ ਪੰਜਾਬ ਦੇ ਚਾਹੇ ਉਹਨਾਂ ਨੂੰ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦਾ ਬੀਜੇਪੀ ਦਾ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਥਾਪ ਦਿੱਤਾ ਪਰ ਉਹਨਾਂ ਅੰਦਰ ਵੀ ਨਿਰਾਸ਼ਾ ਵਧਦੀ ਜਾ ਰਹੀ ਹੈ ਔਰ ਉਹਨਾਂ ਦੀ ਬੇਟੀ ਜੈ ਇੰਦਰਕੌਰ ਨੂੰ ਜੋ ਪਦਵੀ ਦਿੱਤੀ ਗਈ ਹੈ ਕਿ ਉਹ ਪੰਜਾਬ ਦੀ ਬੀਜੇਪੀ ਦੀ ਔਮੈਨ ਸਲਦੀ ਪ੍ਰਧਾਨ ਲਾਇਆ ਗਿਆ ਜੈ ਇੰਦਰਕੌਰ ਨੇ ਹਲੇ ਤੱਕ ਪੰਜਾਬ ਦਾ ਕੋਈ ਦੌਰਾ ਨਹੀਂ ਕੀਤਾ ਅਤੇ ਉਸ ਨੇ ਕੋਈ ਯਤਨ ਵੀ ਨਹੀਂ ਕੀਤਾ ਕਿ ਪੰਜਾਬ ਦੀਆਂ ਇਸਤਰੀਆਂ ਨੂੰ ਉਹ ਬੀਜੇਪੀ ਵਿੱਚ ਕਿਵੇਂ ਲਿਆ ਸਕਦੀ ਹੈ ਪੰਜਾਬ ਦੀਆਂ ਔਰਤਾਂ ਵਿੱਚ ਬੀਜੇਪੀ ਦਾ ਕਿਵੇਂ ਨਾਂ ਬਣਾ ਸਕਦੀ ਹੈ ਸੋ ਇਹ ਜੋ ਸਾਰਾ ਕੁਝ ਸਾਹਮਣੇ ਦੀਂਦਾ ਸੋ ਜਾਖੜ ਜੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਬੇ ਲੋੜੀ ਜੋ ਐਸਵਾਈਐਲ ਤੇ ਆਪਣੀ ਸ਼ਾਨ ਬਚਾਣ ਦੀ ਕੋਸ਼ਿਸ਼ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਕੋਈ ਫਾਇਦਾ ਨਹੀਂ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ ਕਿ ਤੁਸੀਂ ਪੰਜਾਬ ਨਾਲ ਕਿੰਨਾ ਧੋਖਾ ਮਾਇਆ ਹੁਣ ਤੁਸੀਂ ਬਹਿਸ ਵਿੱਚ ਜੇ ਚਲੇ ਵੀ ਜਾਓ ਤਾਂ ਤੁਹਾਨੂੰ ਭਗਵੰਤ ਮਾਨ ਜੀ ਨੇ ਸ਼ੀਸ਼ਾ ਦਿਖਾ ਦੇਣਾ ਤੁਹਾਡੇ ਕਾਲੇ ਕਰਮਾਂ ਦਾ ਜੋ ਤੁਸੀਂ ਪੰਜਾਬ ਵਿਰੋਧੀ ਪਾਣੀਆਂ ਦੇ ਮਸਲੇ ਤੇ ਕੀਤਾ ਚਾਹੇ ਤੁਸੀਂ ਹੋ ਚਾਹੇ ਤੁਹਾਡੇ ਜੋ ਇਸ ਵੇਲੇ ਦੁਨੀਆ ਵਿੱਚ ਨਹੀਂ ਪਿਤਾ ਜੀ ਬਲਰਾਮ ਜਆਖੜ ਜੀ ਨੇ ਕੀਤਾ ਹੈ ਸੋ ਇਸ ਚਰਚਾ ਵਿੱਚ ਤੁਹਾਨੂੰ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਬਲਰਾਮ ਜਆਖੜ ਨੇ ਐ ਜੇ ਐਗਰੀਕਲਚਰ ਮਿਨਿਸਟਰ ਐਜ ਸਪੀਕਰ ਆਫ ਪਾਰਲੀਮੈਂਟ ਕਿਸੇ ਸਮੇਂ ਵੀ ਉਹਨਾਂ ਨੇ ਪੰਜਾਬ ਦੇ ਹੱਕ ਵਿੱਚ ਨਹੀਂ ਬੋਲੇ ਚਾਹੇ ਉਹ ਚੋਣਾ ਜਿੱਤਦੇ ਪੰਜਾਬ ਤੋਂ ਹੀ ਰਹੇ ਹਨ ਉਹ ਪੰਜਾਬ ਵਿੱਚ ਉਹ ਜੋ ਪੰਜਾਬ ਗਵਰਨਮੈਂਟ ਸੀ ਉਹਦੇ ਵਿੱਚ ਵੀ ਉਹ ਬੜੀ ਦੇਰ ਪਹਿਲਾਂ ਮੰਤਰੀ ਵੀ ਰਹੇ ਹਨ ਸੋ ਇਸ ਪਰਿਵਾਰ ਨੇ ਯਾਨੀ ਬਲਰਾਮ ਜਾਖੜ ਜੀ ਤੋਂ ਬਾਅਦ ਸੁਨੀਲ ਜਾਖੜ ਨੇ ਜੋ ਪੰਜਾਬ ਦੀ ਕਾਂਗਰਸ ਨਾਲ ਧੋਖਾ ਕੀਤਾ ਅਤੇ ਉਸ ਦੇ ਨਾਲ ਹੀ ਆਪਣੇ ਭਤੀਜੇ ਨੂੰ ਵੀ ਉਹ ਬੀਜੇਪੀ ਚ ਲੈ ਤਾਂ ਗਿਆ ਹੈ ਪਰ ਉਹਦੀ ਅਨਾਉਂਸਮੈਂਟ ਨਹੀਂ ਕਰ ਰਿਹਾ ਉਹ ਐਂਟੀ ਕਾਂਗਰਸ ਕੰਮ ਕਰ ਰਿਹਾ ਹੈ ਤੇ ਉਸ ਨੂੰ ਵੀ ਕਾਂਗਰਸ ਨੇ ਆਪਣੀ ਪਾਰਟੀ ਵਿੱਚੋਂ ਕੱਢ ਦਿੱਤਾ ਪਰ ਉਹਦੇ ਚ ਇਨੀ ਹਿੰਮਤ ਨਹੀਂ ਕਿ ਉਹ ਰਿਜ਼ਾਈਨ ਕਰ ਦੇ ਆਪਣੀ ਐਮਐਲਏ ਦੀ ਸੀਟ ਤੋਂ ਤੇ ਮੁਰਝਾਉਣ ਲੱਗੇ ਲੜੇ ਜੇ ਮੁਰਝਾਉਣ ਲੜੇ ਤਾਂ ਕਿ ਸੁਨੀਲ ਜਾਖੜ ਉਸ ਨੂੰ ਚੋਣ ਜਿੱਤਵਾ ਸਕਣਗੇ ਕਿਉਂਕਿ ਸੁਨੀਲ ਜਾਖੜ ਵਿੱਚ ਅਜਿਹਾ ਕੋਈ ਕੌਨਫੀਡੈਂਸ ਨਹੀਂ ਉਹਨੂੰ ਵੀ ਪਤਾ ਕਿ ਉਹ ਸੀਟ ਹਾਰ ਜਾਏਗਾ ਇਸ ਕਰਕੇ ਸੁਨੀਲ ਜਾਖੜ ਪੰਜਾਬ ਬਾਰੇ ਜੋ ਨਵਾਂ ਇੱਥੋਂ ਦੇ ਲੋਕਾਂ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਝੂਠ ਤੇ ਆਪਣੀ ਨਵੀਂ ਰਾਜਨੀਤੀ ਪੰਜਾਬ ਤੇ ਠੋਪਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਇਹ ਨਹੀਂ ਪਤਾ ਤੇਰੇ ਕੁਲ ਮਲਾ ਕੇ ਤੇ 2 MLA ਜਿੱਤੇ ਹਨ ਤੇ ਤੂੰ ਹੁਣ ਪੰਜਾਬ ਸਰਕਾਰ ਨੂੰ ਵੀ ਚਲਾਣ ਦਾ ਯਤਨ ਕਰ ਰਿਹਾ ਕਿ ਪੰਜਾਬ ਸਰਕਾਰ ਨੂੰ ਤੂੰ ਚਲਾਏਗਾ ਇਹ ਨਹੀਂ ਹੋ ਸਕਦਾ ਇਸ ਚਰਚਾ ਨੂੰ ਇੱਥੇ ਹੀ ਖਤਮ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਜੋ ਸੁਨੀਲ ਜਾਖੜ ਦੀ ਪੰਜਾਬ ਦੇ ਪਾਣੀਆਂ ਤੇ ਪਹੁੰਚ ਹੈ ਉਹਦੇ ਬਾਰੇ ਉਹਨੇ ਕਦੀ ਹੁਣ ਵੀ ਕੋਈ ਨਵੀਂ ਗੱਲ ਨਹੀਂ ਕੀਤੀ ਉਹਨੇ ਕਿੱਥੇ ਵੀ ਨਹੀਂ ਕਿਹਾ ਕੇ ਪੰਜਾਬ ਵਿੱਚੋਂ ਪਾਣੀ ਜਿਹੜਾ ਉਹ ਹੁਣ ਨਹਿਰੀ ਪਾਣੀ ਦਰਿਆਵਾਂ ਦਾ ਪਾਣੀ ਬਿਲਕੁਲ ਨਾ ਹਰਿਆਣੇ ਨੂੰ ਮਿਲਣਾ ਚਾਹੀਦਾ ਅਤੇ ਨਾ ਰਾਜਸਥਾਨ ਨੂੰ ਮਿਲਣਾ ਚਾਹੀਦਾ ਇਹ ਤਾਂ ਸਾਰਾ ਕੁਝ ਜੋ ਰੋਕਿਆ ਜੇਕਰ 1990 ਵਿੱਚ ਬਲਵਿੰਦਰ ਸਿੰਘ ਜਟਾਣਾ ਜੋ ਰੋਪੜ ਦੇ ਪਿੰਡ ਜਟਾਣਾ ਤੋਂ ਹੈ ਅਤੇ ਉਹ ਬਾਬਰ ਖਾਲਸਾ ਜੁੜੀ ਸੰਸਥਾ ਸੀ ਉਹਦੇ ਲਈ ਅਕਟਿਵ ਮੈਂਬਰਸੀ ਜੇਕਰ ਉਹ ਦੋ ਚੀਫ ਇੰਜੀਨੀਅਰ ਅਤੇ ਸੁਪਰਡੈਂਟ ਇੰਜੀਨੀਅਰ ਨੈਰੀ ਵਿਭਾਗ ਦੇ ਮਧਿਆਮਾਰਗ ਉਤੇ ਜੋ ਚੰਡੀਗੜ੍ਹ ਚ ਉਹਨਾਂ ਦਾ ਦਫ਼ਤਰ ਹੈ ਜਾ ਕੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਨਾ ਕਰਦਾ ਤਾਂ ਇਹ ਨਹਿਰ ਬਣਨੀ ਬੰਦ ਨਹੀਂ ਸਿਉਣੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜੋ ਉਸ ਸਮੇਂ ਮੁੱਖ ਮੰਤਰੀ ਸੀ ਜਾਨੀ ਕਿ ਸੁਖਬੀਰ ਬਾਦਲ ਦੇ ਪਿਤਾ ਜੀ ਨੇ ਇਹ ਨਹਿਰ ਕੰਪਲੀਟ ਕਰਾ ਦੇਣੀ ਸੀ ਕਿਉਂਕਿ ਨਹਿਰ ਬੜੀ ਜੋਰਾਂ ਸ਼ੋਰਾਂ ਤੇ ਬਣ ਰਹੀ ਸੀ ਤੋ ਇਹ ਜੋ ਕਤਲੇ ਆਮ ਦੀ ਜੋ ਸਿਆਸਤ ਪੰਜਾਬ ਵਿੱਚ ਖੇੜੀ ਗਈ ਉਸ ਦੇ ਡਰ ਨਾਲ ਇੰਜੀਨੀਅਰ ਅਤੇ ਹੋਰ ਜੋ ਠੇਕੇਦਾਰ ਸੀ ਸਭ ਭੱਜ ਗਏ ਹੁਣ ਤਾਂ ਉਹ ਜੋ ਮਸ਼ੀਨਰੀ ਸੀ ਐਸਵਾਈਐਲ ਵਾਲੀ ਉਹ ਉੱਥੇ ਹੀ ਪਈ ਹੈ ਇਹ ਜੋ ਸੁਪਰੀਮ ਕੋਰਟ ਨੇ ਪੰਜਾਬ ਨੂੰ ਆਦੇਸ਼ ਦਿੱਤੇ ਕਿ ਇਸ ਨਹਿਰ ਬਾਰੇ ਮੂੜਾ ਸਰਵੇ ਕੀਤਾ ਜਾਏ ਕੀ ਸੁਨੀਲ ਜਾਖੜ ਇਸ ਦਾ ਵਿਰੋਧ ਕਰਦੇ ਹਨ ਜੇ ਵਿਰੋਧ ਕਰਦੇ ਹਨ ਤਾਂ ਇੱਕ ਖੁੱਲੀ ਸਟੇਟਮੈਂਟ ਪਬਲਿਕ ਦੇਣ ਪ੍ਰੈਸ ਕਾਨਫਰੰਸ ਕਰਨ ਕਿ ਇਹ ਸਰਵੇ ਨਹੀਂ ਹੋਏਗਾ ਅਤੇ ਅਸੀਂ ਇਹ ਸਰਵੇ ਨਹੀਂ ਹੋਣ ਦੇਵਾਂਗੇ ਜਿੱਥੇ ਬਾਕੀ ਦੀਆਂ ਸਿਆਸੀ ਪਾਰਟੀਆਂ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਦਾ ਵਿਰੋਧ ਕਰ ਰਹੀਆਂ ਹਨ ਉੱਥੇ ਸੁਨੀਲ ਜਾਖੜ ਨੇ ਚੁੱਪੀ ਠਣੀ ਹੋਈ ਹੈ ਇੱਥੇ ਚਰਚਾ ਨੂੰ ਸਮਾਪਤ ਕਰਦੇ ਹਾਂ ਔਰ ਪੰਜਾਬ ਦੇ ਲੋਕਾਂ ਨੂੰ ਇਹ ਜੋ ਪਖੰਡੀ ਲੀਡਰ ਹਨ ਇਹਨਾਂ ਬਾਰੇ ਆਪਣੀ ਨਵੀਂ ਸੋਚ ਪਣਾਣੀ ਚਾਹੀਦੀ ਹੈ ਅਤੇ ਇਹਨਾਂ ਦੀ ਜੋ ਪਿੱਛੇ ਨਹੀਂ ਲੱਗਣਾ ਚਾਹੀਦਾ ਇੱਥੇ ਚਰਚਾ ਸਮਾਪਤ ਕਰਦੇ ਹਾਂ ਸਤਿ ਸ੍ਰੀ ਅਕਾਲ